ਹੈ ਸਿੱਖ ਇਤਿਹਾਸ ਦੇ ਵਿੱਚ ਆਪ ਸਭ ਨੂੰ ਪਤਾ ਹੀ ਸ਼ਾਇਦ ਉਹਨਾਂ ਬਾਰੇ ਤੁਸੀਂ ਜਾਣਿਆ ਹੀ ਹੋਵੇ ਭਾਈ ਕਨ੍ਹਈਆ ਜੀ ਬਾਰੇ ਸੰਨ 1648 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਸੋਦਰਾ ਪਿੰਡ ਸੀ ਪਾਕਿਸਤਾਨ ਦੇ ਵਿੱਚ ਅਤੇ ਇਹਨਾਂ ਦੇ ਫਾਦਰ ਸਾਹਿਬ ਜੋ ਪਿਤਾ ਸਾਹਿਬਾਨ ਸਨ ਬਹੁਤ ਅਮੀਰ ਘਰ ਦੇ ਸਨ ਅਤੇ ਅੰਦਰ ਭਾਵਨਾ ਸੀ ਸ਼ਰਧਾ ਸੀ ਜਿੱਦਾਂ ਆਪਾਂ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਕਿ ਮੈਂ ਵੇਖਦਾ ਬੱਚੇ ਗੁਰੂ ਘਰਾਂ ਦੇ ਵਿੱਚ ਜਾ ਕੇ ਬੜੀ ਸੇਵਾ ਕਰਦੇ ਨੇ ਬਾਣੀ ਪੜ੍ਹਦੇ ਨੇ ਬੜੇ ਅੰਦਰੋਂ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਪਏ ਕਿਉਂਕਿ ਮਾਤਾ ਪਿਤਾ ਦੀ ਸਿੱਖਿਆ ਟੀਚਰਾਂ ਅਧਿਆਪਕਾਂ ਦੀ ਸਿੱਖਿਆ ਜਿਹੜੀ ਬੱਚਿਆਂ ਨੂੰ ਮਿਲਦੀ ਹੈ ਨਾ ਇਹ ਬੜੀ ਪ੍ਰੋਗਰੈਸ ਸਾਨੂੰ ਦੇ ਦਿੰਦੀ ਮੈਂ ਵੇਖਦਾ ਬੜੀ ਬੜੀ ਸਟੱਡੀ ਕਰ ਚੁੱਕੇ ਨੇ ਬਹੁਤ ਵੱਡੀ ਸਟੱਡੀ ਕਰ ਲਈ ਆ ਪਰ ਗੁਰਮਤਿ ਦੀ ਸਟੱਡੀ ਤੋਂ ਬਹੁਤ ਪਾਠ ਤੋਂ ਪਿੱਛੇ ਨੇ ਗਏ ਅੰਦਰ ਦਿਆਲ ਨਹੀਂ ਨਿਮਰਤਾ ਨਹੀਂ ਹੈਗੀ ਅੰਦਰ ਪਿਆਰ ਨਹੀਂ ਹੈਗਾ ਭਾਵਨਾ ਨਹੀਂ ਹੈਗੀ